ಸರ್ ಇಕ್ ಮಾಡಿ ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। ਅੱਜ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ ਵੋਟਿੰਗ ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ 'ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਪਰਸੈਂਟੇਜ ਜਿਹੜੀ ਹੈ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ। ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ। ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ, ਇੱਕ ਦਿਨ ਗਰਮੀ ਝੱਲ ਲਾਂਗੇ, ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਬਦਲ ਸਕਦੀ ਹੈ। ਕਿਉਂਕਿ ਫਿਰ ਬਾਅਦ 'ਚ 5 ਸਾਲ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆਹ ਸਰਕਾਰ ਆ ਗਈ, ਉਹ ਜੀ ਸਰਕਾਰ ਆ ਗਈ। ਉਹ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ। ਆਪਣਾ ਮਤ ਦਾ ਅਧਿਕਾਰ, ਮਤਦਾਨ ਕਹਿੰਦੇ ਆ, ਮਤ ਹੋ ਗਿਆ ਅਕਲ, ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣੀ ਮਤ ਜਿਹੜੀ ਆ ਉਹ ਇਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ, ਸਾਡੇ ਲਈ ਕੰਮ ਕਰੇ। ਸੋ ਚੰਗੇ ਬੰਦਿਆਂ ਨੂੰ ਚੁਣੋ, ਇਹੀ ਕਹੂੰਗਾ ਮੈਂ, ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ, ਤੁਹਾਡੇ ਵਿੱਚ ਰਹਿੰਦੇ ਹੋਣ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਗਰੀਬੀਆਂ ਹੰਢਾਈਆਂ ਹੋਣ, ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ, ਜਦੋਂ ਇਹੋ ਜਿਹੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਆ ਫਿਰ ਕਾਨੂੰਨ ਵੀ ਅੰਦਰੋਂ ਇਹੋ ਜਿਹੇ ਬਣ ਕੇ ਆਉਂਦੇ ਆ। ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪਹਿਲਾਂ ਮੇਰੀ ਵੋਟ ਮਾਲ ਨਹੀਂ ਹੁੰਦੀ ਸੀ, ਪਰ ਅਸੀਂ ਸੰਗਰੂਰ ਬਣਾਈ ਹੈ। ਸੋ ਪਹਿਲੀ ਵਾਰ ਮੈਂ ਇੱਥੇ ਵੋਟ ਪਾਉਣ ਆਇਆ ਅਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ, ਭਾਵੇਂ ਪੇਂਡੂ ਨੇ, ਭਾਵੇਂ ਕਸਬੇ ਵਾਲੇ ਨੇ, ਪੰਜਾਬ ਦੇ ਵਿੱਚ ਬਹੁਤ ਭਾਰੀ ਵੋਟਿੰਗ ਹੋਊਗੀ ਅਤੇ ਉਸ ਭਾਰੀ ਵੋਟਿੰਗ ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇੱਕ ਇਹੋ ਜਿਹੀ ਜਿਹੜੀ ਕੌਮ ਹੈ, ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ, ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ। ਬਿਲਕੁਲ ਬਿਲਕੁਲ, ਕੋਈ ਬਾਤ ਨਹੀਂ, ਪੰਜਾਬੀਓ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮਾਇਨੇ ਰੱਖਤੀ, ਕਿਉਂਕਿ ਹਮ ਲੋਕ ਖੇਤੋਂ ਮੇ ਕੰਮ ਕਰਕੇ ਆਏ ਹੈ। ਹਮ ਲੋਕ 48-50 ਡਿਗਰੀ ਮੇ ਤੋਂ ਆਮ ਤੌਰ ਪਰ ਹੀ ਘੁੰਮਤੇ ਰਹਤੇ ਹੈ। ਤੋ ਮੇਰੇ ਖਿਆਲ ਮੇ 70% ਸੇ ਜ਼ਿਆਦਾ, 75% ਸੇ ਵੀ ਜ਼ਿਆਦਾ ਵੋਟਿੰਗ ਕੀ ਉਮੀਦ ਹੈ। ਤੋ ਇੱਕ ਘੰਟੇ ਮੇ 10% ਹੋ ਗਈ ਹੈ ਇਸ ਬੂਥ ਪੇ, ਤੋ ਇੱਕ ਘੰਟੇ ਮੇ 10% ਹੋ ਗਈ ਹੈ। ਤੋ ਇਸਕਾ ਮਤਲਬ ਅਗਰ ਥੋੜ੍ਹਾ 1-2 ਵਜੇ ਥੋੜ੍ਹਾ ਸਲੋ ਵੀ ਹੋ ਗਿਆ ਤੋ 4-5 ਵਜੇ ਫਿਰ ਅਪ ਹੋਗਾ, ਤੋ 70-80 ਕੀ ਤਰਫ ਜਾ ਰਿਹਾ ਜੀ। ਹੈ ਜੀ, ਵੋਟ ਕੀ ਕੀਮਤ ਤੋਂ ਜੋ ਮੇਰੇ ਸਾਹਮਣੇ ਲਾਈਨ ਮੇ ਖੜਾ ਉਸਕੀ ਵੀ ਵਹੀ ਹੈ ਨਾ, ਵੋਟਰ ਕਾਰਡ ਤੋਂ ਉਸਕੇ ਪਾਸ ਵੀ ਵਹੀ ਹੈ, ਮੇਰੇ ਪਾਸ ਵੀ ਵਹੀ ਹੈ।
तो लाइन में लगने में कोई हर्ज नहीं है। वीवीपैट का कोई इशू था, वीवीपैट का कोई इशू सीगा, वो उन्होंने चेंज कर दिया। सर 13 दिन 13 हॉट ने, क्योंकि देश देश की सरकार बनाउणी है, कल्ले संगरूर ने नहीं, 13 दिन 13 हॉट ने, और 13 दिन 13 साढ़े लिए अच्छ तो वैसे ही हॉट डे है, ठीक है ना। तो फिर कोई भी सीट कोई ऐसे मायने नहीं रखती भी आ कोई गल नहीं तो आ गई जाए, तो घट मेहनत करो। मैं 122 रैलियाँ कीतियाँ पिछले 25 दिन, मैं कोई ये हल्का नहीं है इदा लिया कि नहीं नहीं इतने तो चलो जितते ही पाए हैं जो फलाना, जिन्ना चेर रीबन च नहीं बजते उन्ना चेर पिछे मुड़ के नहीं कहने, देखना चाहिए। अपने वालों एफर्ट की है, पॉजिटिव कमेंट करा, मैं पॉजिटिव कंपेन करा, मैं अपने कामों की, मैं अपने बिजली दे, अपने पानी दे, अपने नौकरियों के जिन्हें भी काम किए मैं उन्होंने नाते वोट मंगी है। एक भी तुम देख लो कि मेरी कोई शिकायत इलेक्शन कमीशन को मेरे तो कोई लूज टॉक होगी या मैं कुछ कोई गलत करता, मैं बिल्कुल चोन जाबते के बच्चे रह के काम किया। जे कि एक दिन 9:50 हो गए, 9 बजे तक बंद करता स्पीकर, क्योंकि 10 बजे तो पहले खत्म करता।